ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਦੇ ਉੱਪਰ ਪੰਜਾਬ ਦਿਨ ਭਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਵਿਸਤਾਰ ਨਾਲ ਚਰਚਾ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੇ ਬਾਰੇ। ਸ਼ੁਰੂਆਤ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਇਲੈਕਸ਼ਨ ਕੈਂਪੇਨ ਦੀ ਸ਼ੁਰੂਆਤ ਤੋਂ। ਜੀ ਹਾਂ, ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਮੋਹਾਲੀ ਤੋਂ ਆਪਣੀ ਪਾਰਟੀ ਦੇ ਲਈ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਹੈ ਕੈਂਪੇਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਔਰ ਇਸ ਮੌਕੇ ਆਪਣੇ ਸੰਬੋਧਨ ਦੇ ਵਿੱਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਅਗਲਾ ਜਿਹੜਾ ਵਿਜ਼ਨ ਹੋਏਗਾ ਪੰਜਾਬ ਦਾ, ਉਸਦੇ ਬਾਰੇ ਚਰਚਾ ਕੀਤੀ ਗਈ ਔਰ ਉਹਨਾਂ ਦੇ ਵੱਲੋਂ ਵਿਰੋਧੀਆਂ ਨੂੰ ਵੀ ਰਗੜੇ ਲਾਏ ਗਏ। ਇਸ ਮੌਕੇ ਦੇ ਉੱਪਰ ਹੋਰ ਕੀ ਕੁਝ ਕਿਹਾ ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ, ਇੱਕ ਨਜ਼ਰ ਮਾਰ। ਅੱਜ ਇਸ ਮੁਬਾਰਕ ਮੌਕੇ 'ਤੇ ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਲੋਕਤਾਂਤਰਿਕ ਤਰੀਕੇ ਨਾਲ ਲੋਕਾਂ ਤੋਂ ਲੋਕ ਸਭਾ ਲਈ ਸ਼ਕਤੀ ਦੀ ਮੰਗ ਕਰਨੀ ਹੈ ਤਾਂ ਕਿ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕੇ, ਪੰਜਾਬ ਦੀ ਸ਼ਾਨ ਵਧਾਈ ਜਾ ਸਕੇ। ਅੱਜ ਆਫੀਸ਼ਲ ਰਸਮੀ ਤੌਰ 'ਤੇ ਅੱਜ ਜਿਹਨੂੰ ਪੰਜਾਬੀ 'ਚ ਕਹਿੰਦੇ ਹਾਂ ਕਿ ਸਾਡੇ ਪ੍ਰਚਾਰ ਦੀ ਕੁੰਡ ਚੁਕਾਈ ਹੈ, ਆਫੀਸ਼ਲ ਸ਼ੁਰੂਆਤ ਹੈ। ਵੈਸੇ ਤਾਂ 16 ਮਾਰਚ ਤੋਂ ਬਾਅਦ, ਸਰਕਾਰ ਬਣਨ ਤੋਂ ਬਾਅਦ ਕੋਈ ਵੀ ਦਿਨ ਇਹੋ ਜਿਹਾ ਨਹੀਂ ਜਦੋਂ ਅਸੀਂ ਲੋਕਾਂ ਕੋਲ ਨਾ ਗਏ ਹੋਈਏ, ਪਰ ਉਦੋਂ ਕੰਮ ਕਰਨ ਲਈ, ਸੁਝਾਅ ਸੁਣਨ ਲਈ, ਸਮੱਸਿਆਵਾਂ ਹੱਲ ਕਰਨ ਲਈ ਜਾਈਦਾ। ਅੱਜ ਵੀ ਜਾ ਰਹੇ ਹਾਂ, ਮੇਰੇ ਮੰਤਰੀ ਸਾਹਿਬਾਨ, MLA ਸਾਹਿਬਾਨ, ਸਾਡੇ ਚੇਅਰਮੈਨ, ਸਾਡੇ ਵਲੰਟੀਅਰ ਇਸ ਕੰਮ ਲਈ ਦੇਸ਼ ਦੇ ਵਿੱਚ ਮੈਂ ਕਹਿੰਦਾ ਨੰਬਰ 1 ਹੋਣਗੇ ਕਿ ਉਹ ਪਬਲਿਕ ਦੇ ਜਿਹੜੇ ਛੋਟੇ ਛੋਟੇ ਵੀ ਮਸਲੇ ਨੇ ਉਹਨਾਂ ਨੂੰ ਗਾਹਾਂ ਤੱਕ ਪਹੁੰਚਾਉਂਦੇ ਆ ਅਤੇ ਉਹਨਾਂ ਦੀ ਜਿਹੜੀ ਹੈ ਹੱਲ ਕੀਤਾ ਜਾਂਦਾ, ਸਮਾਧਾਨ ਕੀਤਾ ਜਾਂਦਾ। ਪੰਜਾਬ ਕੇ ਲੋਕੋਂ ਕਾ ਹਮ ਬੇਹੱਦ ਸ਼ੁਕਰੀਆ ਅਦਾ ਕਰਨਾ ਚਾਹਤੇ ਹੈ। ਪੰਜਾਬ ਕੇ ਲੋਕੋਂ ਨੇ 2 ਸਾਲ ਪਹਿਲੇ ਹਮ ਜੈਸੇ ਮਾਮੂਲੀ ਲੋਕੋਂ ਕੋ, ਆਮ ਲੋਕੋਂ ਕੋ ਇਤਨਾ ਭਾਰੀ ਬਹੁਮਤ ਦੇ ਕੇ ਜਿਤਾਇਆ ਥਾ। ਔਰ ਉਸ ਵਕਤ ਕੇ ਜਿਤਨੇ ਬੜੇ ਬੜੇ ਨੇਤਾ ਥੇ, ਨਾਮੀ ਗਿਰਾਮੀ ਨੇਤਾ, 10-10, 15-15, 20-20, 25-25 ਸਾਲ ਕੇ ਵਿਧਾਇਕ ਥੇ, ਮੰਤਰੀ ਥੇ, ਇਤਨੇ ਬੜੇ ਬੜੇ ਪੈਸੇ ਵਾਲੇ ਥੇ, ਸਭਕੋ ਹਰਾ ਕੇ ਪੰਜਾਬ ਕੇ ਲੋਕੋਂ ਨੇ ਇਤਿਹਾਸ ਰਚਾ ਥਾ। ਔਰ 117 ਮੇਂ ਸੇ 92 ਸੀਟ ਹਮ ਲੋਕੋਂ ਕੋ ਦੀ ਥੀ। ਪੰਜਾਬ ਕੇ ਲੋਕੋਂ ਕਾ ਹਮ ਜਿਤਨਾ ਸ਼ੁਕਰੀਆ ਅਦਾ ਕਰੇਂ, ਹਮ ਉਨਕਾ ਅਹਿਸਾਨ ਪੂਰਾ ਨਹੀਂ ਕਰ ਸਕਤੇ। ਉਨਕਾ ਅਹਿਸਾਨ ਅਦਾ ਕਰਨੇ ਕੇ ਲੀਏ ਇੱਕ ਹੀ ਕੋਸ਼ਿਸ਼ ਜਾਰੀ ਹੈ। ਪਿਛਲੇ 2 ਸਾਲ ਸੇ ਰਾਤ ਦਿਨ 24 ਘੰਟੇ ਹਮਾਰੀ ਸਰਕਾਰ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ, ਹਮਾਰੇ ਸਾਰੇ ਮੰਤਰੀ, ਸਾਰੇ ਵਿਧਾਇਕ, ਰਾਤ ਦਿਨ 24 ਘੰਟੇ ਹਮਾਰੀ ਸਰਕਾਰ ਪੰਜਾਬ ਕੇ ਲੋਕੋਂ ਕੀ ਸੇਵਾ ਕਰ ਰਹੀ ਹੈ। ਔਰ ਪੰਜਾਬ ਮੇਂ ਮੁਝੇ ਬੇਹੱਦ ਖੁਸ਼ੀ ਹੈ ਯੇ ਕਹਤੇ ਹੋਏ ਕਿ ਅੱਜ 2 ਸਾਲ ਕੇ ਬਾਅਦ ਪੰਜਾਬ ਕੇ ਬੱਚੇ ਬੱਚੇ ਸੇ ਪੂਛ ਲੋ, ਯਹਾਂ ਤੱਕ ਕਿ ਦੂਸਰੀ ਪਾਰਟੀ ਵਾਲੋਂ ਸੇ ਵੀ ਪੂਛ ਲੋ, ਸਭ ਲੋਕ ਇੱਕ ਹੀ ਬਾਤ ਬੋਲਤੇ ਹੈ, 75 ਸਾਲ ਮੇਂ ਐਸੀ ਸਰਕਾਰ ਹਮਨੇ ਨਹੀਂ ਦੇਖੀ। ਬੱਚਾ ਬੱਚਾ ਪੰਜਾਬ ਕਾ ਬੋਲਤਾ ਹੈ, 75 ਸਾਲ ਮੇਂ ਐਸੀ ਸਰਕਾਰ ਹਮਨੇ ਨਹੀਂ ਦੇਖੀ। ਇਤਨੀ ਇਮਾਨਦਾਰ ਸਰਕਾਰ,
इतनी मेहनती सरकार, रोज नए नए आइडिया लेके आते हैं, नए नए आइडिया लेके आते हैं और जनता के लिए काम कर रहे हैं। एक टाइम ऐसा था जब पंजाब के अंदर पूरी नेगेटिविटी होती थी, लॉ एंड ऑर्डर की समस्या थी, महंगाई थी, बिजली के बिल बढ़ रहे थे लोगों के, बिजली आती नहीं थी, किसान दुखी थे, व्यापारी दुखी थे, व्यापारी और इंडस्ट्रियलिस्ट उद्योगपति छोड़ छोड़ के जा रहे थे, चारों तरफ नेगेटिविटी 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 थी पंजाब के अंदर। आज चारों तरफ पॉजिटिविटी है, व्यापारी वापस आ रहे हैं, उद्योगपति वापस आ रहे हैं, ढेरों उद्योगपति अब पंजाब के अंदर अपनी इंडस्ट्री खोलना चाहते हैं, बच्चों को रोजगार मिल रहे हैं, नौकरियां पक्की हो रही हैं, रोज इतने मोहल्ला क्लिनिक का उद्घाटन हो रहा है, नए नए मोहल्ला क्लिनिक, कोने कोने में मोहल्ला क्लिनिक बन रहे हैं। पंजाब के लोगों की बिजली मुफ्त हो गई, और क्या चाहिए। पहले 8-8, 10-10 घंटे के पावर कट लगते थे, अब 24 घंटे बिजली मिलने लगी है। शानदार स्कूल बन रहे हैं, लोगों को विश्वास नहीं होता ऐसे सरकारी स्कूल हो सकते हैं। खूब काम हो रहा है चारों तरफ। पहले कर्मचारी टंकियों पे चढ़े रहते थे, अब वो टीचर पक्के हो गए और वो अपने स्कूल के अंदर पढ़ा रहे हैं। अब आपको टंकी पे कर्मचारी चढ़े हुए नहीं मिलेंगे। खूब काम चल रहा है, लेकिन अभी खूब काम करना बाकी है, बहुत काम करना बाकी है। पंजाब के लोगों को हम अपना माई बाप मानते हैं, जनता माई बाप होती है, सरकार नौकर होती है, जनतंत्र के अंदर सरकार नौकर होती है, जनता मालिक होती है। हम पंजाब की जनता को अपना मालिक मानते हैं, हम सेवक हैं, जनता जनार्दन है, जनता भगवान है, हम भगवान के भक्त हैं। तो जैसे भक्त अपने भगवान के पास जब जाता है तो और मांगता है, और मांगता है, और मांगता है, ऐसे ही हम पंजाब की जनता से अब और मांगने के लिए आए हैं। आपने हमें 117 में से 92 सीट दी, बहुत शुक्रगुजार हैं आपके। अब दूसरा बड़ा चुनाव आ रहा है, 13 सीट है, हमें ये 13 की 13 सीट चाहिए। क्यों चाहिए? अपने लिए नहीं चाहिए, अपने बच्चों के लिए नहीं चाहिए, अपने परिवार के लिए नहीं चाहिए, मुझे अपने लिए नहीं चाहिए, मान साहब को अपने लिए नहीं चाहिए, इन मंत्रियों को अपने लिए नहीं चाहिए। आपके परिवार के लिए और काम करने के लिए, आपके परिवार को और खुशहाल बनाने के लिए, पंजाब को रंगला बनाने के लिए, पंजाब की तरक्की करने के लिए ये 13 सीट चाहिए। हम आगामी लोकसभा चोणा 2024 नूं ध्यान दे विच रखदे जो दैनिक सवेरे टीम दे वल्लों मौजूदा जिहड़े सत्ता धिर दे कैबिनेट मंत्री ने उन्हां नाल गलबात कीती गई, तां चोण लड़न दे बारे उन्हां ने की कुछ कहा और अपनी पार्टी दे लई की गल कही उह वी तुहानूं सुणा। ਦੇਖੋ ਜੀ, ਲੋਕ ਸਭਾ ਚੋਣਾਂ ਨੇੜੇ ਆ ਰਹੀਆਂ, ਸਾਰੀਆਂ ਪਾਰਟੀ ਕੈਂਡੀਡੇਟ ਵੀ ਅਨਾਊਂਸ ਕਰ ਰਹੀਆਂ ਕੰਪੇਨ ਦੀ ਵੀ, ਪਰ ਸਾਡੀ ਕੰਪੇਨ ਦਾ ਫਰਕ ਇਹ ਹੈ ਕਿ ਅਸੀਂ ਇਲੈਕਸ਼ਨ ਵੀ ਜਿਹੜੀ ਹੈ ਭਗਵੰਤ ਮਾਨ ਜੀ ਦੇ ਨਾਮ 'ਤੇ ਲੜੀ, ਅਤੇ ਸਾਡੇ ਮਾਨ ਸਾਹਿਬ ਨੇ 2 ਸਾਲ 'ਚ ਬਹੁਤ ਅੱਛੇ ਕੰਮ ਕੀਤੇ, ਬਹੁਤ ਐਕਟਿਵਲੀ ਜਿਹੜਾ CM ਦਾ ਜਿਹੜਾ ਰੋਲ ਹੈ ਉਹ ਨਿਭਾਇਆ ਨੇ। ਤੁਸੀਂ ਪਿਛਲੇ ਮੁੱਖ ਮੰਤਰੀ ਨਾਲ ਕੰਪੈਰੀਜ਼ਨ ਕਰੋ ਤਾਂ ਪਹਿਲੇ 2 ਸਾਲ ਕਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਆਪਣੇ ਕੋਠੀ 'ਚੋਂ ਨਹੀਂ ਸੀ ਨਿਕਲਦੇ, ਅਤੇ 2 ਸਾਲ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਕਦੇ ਘਰੇ ਨਹੀਂ ਬੈਠੇ ਹੋਣੇ। ਸੋ ਵੱਡੇ ਵੱਡੇ ਵਾਅਦੇ, ਚਾਹੇ ਬਿਜਲੀ ਵਾਲਾ ਹੋਵੇ, ਚਾਹੇ ਸਰਕਾਰੀ ਨੌਕਰੀਆਂ ਦੇਣ ਦਾ ਹੋਵੇ, ਚਾਹੇ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਹੋਵੇ, ਬਹੁਤ ਵੱਡੇ ਕੰਮ ਜਿਹੜੇ ਆ ਪਿਛਲੇ 2 ਸਾਲ 'ਚ ਹੋਏ ਆ। ਅਤੇ ਸਾਡੇ ਇੰਟਰਨਲ ਸਰਵੇ ਵੀ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਜਿਹੜੀ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਵੱਡੀ ਜਿੱਤ ਹੈ ਜਿਹੜੀ ਉਹ ਮਿਲਣੀ ਹੈਗੀ, ਅਤੇ ਬਸ ਤਿਆਰੀ ਜਿਹੜੀ ਆ ਸਾਡੇ 13-0 ਦੀ ਜਿੱਤ ਦਾ ਦਾਅਵਾ ਹੈ, ਮੁਮਕਿਨ ਹੋਊਗਾ ਦਾਅਵਾ? 100% ਮੁਮਕਿਨ ਹੋਊਗਾ, ਕਿਉਂਕਿ ਤੁਸੀਂ ਅੱਜ ਕਿਤੇ ਚਲੇ ਜਾਓ, ਮਾਝੇ ਦੁਆਬੇ ਮਾਲਵੇ ਦੇ ਕਿਸੇ ਜ਼ਿਲ੍ਹੇ ਚਲੇ ਜਾਓ,
ਸਾਰੇ ਕਿਤੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਸੰਤੁਸ਼ਟ ਨੇ। ਹਾਂ, ਜਿਹੜੇ ਹੁਣ ਵਿਰੋਧੀ ਹੈ ਉਹਨਾਂ ਨੇ ਤਾਂ ਕਹਿਣਾ ਹੀ ਆ ਵੀ ਭਾਈ ਕੁਛ ਨਹੀਂ ਕੀਤਾ। ਮੈਂ ਤਾਂ ਵਿਧਾਨ ਸਭਾ ਦੇ ਅੰਦਰ ਵੀ ਕਿਹਾ ਸੀ ਜਦੋਂ ਪ੍ਰਤਾਪ ਬਾਜਵਾ ਨੇ ਨੌਕਰੀਆਂ ਦੀ ਲਿਸਟ ਮੰਗੀ ਸੀ 2 ਸਾਲਾਂ ਦੀ, ਦਿਓ। ਮੈਂ ਕਿਹਾ ਚੀਮਾ ਸਾਹਿਬ ਨੂੰ ਵੀ ਆਪਣੀ ਵੀ ਜ਼ਰੂਰ ਦਿਓ ਅਤੇ ਨਾਲ ਇਹਨਾਂ ਦੀਆਂ ਵੀ ਪਹਿਲਾਂ 2-2 ਸਾਲਾਂ ਦੀਆਂ ਜ਼ਰੂਰ ਦਿਓ ਤਾਂ ਕਿ ਲੋਕ ਕੰਪੈਰੀਜ਼ਨ ਕਰ ਸਕਣ। ਲੋਕ ਵੈਸੇ ਕੰਪੈਰੀਜ਼ਨ ਕਰਦੇ ਵੀ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਪਿਛਲੀਆਂ ਸਰਕਾਰਾਂ ਦੇ ਨਾਲ ਕੰਪੈਰੀਜ਼ਨ ਕੀਤਾ ਜਾਵੇ ਤਾਂ ਬਹੁਤ ਬਿਹਤਰ ਜਿਹੜਾ ਕੰਮ ਹੈ ਉਹ ਕਰ ਰਹੀ ਹੈ। ਵੈਸੇ ਤਾਂ ਦੇਖੋ ਲੋਕਾਂ ਨੇ ਚੋਣ ਕੈਂਪੇਨ ਦੀ ਜਿਹੜੀ ਸ਼ੁਰੂਆਤ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਆ, ਮੈਂ ਕਹੂੰਗੀ ਕਿ 22 ਦੇ ਵਿੱਚ ਇੱਕ ਵੱਡਾ ਝਾੜੂ ਫੇਰ ਕੇ ਉਹਦਾ ਫਤਵਾ ਦੇ ਦਿੱਤਾ ਸੀਗਾ ਅਤੇ ਇੱਕ ਵਾਰੀ ਫਿਰ ਸਾਰੇ ਲੋਕ ਆ ਜਿਹੜੇ ਪੰਜਾਬ ਦਾ ਮਾਹੌਲ ਜਿਸ ਤਰੀਕੇ ਨਾਲ ਸਿਰਜਿਆ ਜਾ ਰਿਹਾ ਸਾਰੇ ਪੂਰੀ ਤਰ੍ਹਾਂ ਤਿਆਰ ਨੇ ਦੂਜੀ ਵਾਰ ਫਿਰ ਉਹੀ ਫਤਵੇ ਨੂੰ ਕੰਟੀਨਿਊ ਕਰਨ ਦੇ ਲਈ। ਮਸਲੇ ਤਾਂ ਦੇਖੋ ਉੱਥੇ ਹੁੰਦੇ ਆ ਜਿੱਥੇ ਸਰਕਾਰ ਨੇ ਕਿਸੇ ਵਾਅਦਿਆਂ ਤੋਂ ਸਰਕਾਰ ਮੁਨਕਰ ਹੋਈ ਹੋਵੇ ਜਾਂ ਫਿਰ ਉਹਨਾਂ ਨੂੰ ਲੱਗਦਾ ਹੋਵੇ ਕਿ ਕੋਈ ਨਵਾਂ ਜਿਹੜਾ ਚੈਲੰਜ ਆ ਸਾਡੇ ਸਾਹਮਣੇ ਉਹਨੂੰ ਅਸੀਂ ਵਿਨ ਕਰਨਾ ਆ, ਅਤੇ ਇਸ ਵੇਲੇ ਉਹ ਹਾਲਾਤ ਨੇ ਜਿੱਥੇ ਗਵਰਨਮੈਂਟ ਨੇ ਜਿੰਨੇ ਵਾਅਦੇ ਕੀਤੇ ਉਹ ਸਾਰੇ ਦੇ ਸਾਰੇ ਵਾਅਦੇ ਸਰਕਾਰ ਨੇ ਪੂਰੇ ਕੀਤੇ ਆ। ਭਾਵੇਂ ਉਹ ਮਹਾਲਾ ਕਲੀਨਿਕ ਨੂੰ ਲੈ ਕੇ ਸੀ ਜਾਂ ਫਿਰ ਟੇਲਾਂ 'ਤੇ ਪਾਣੀ ਪਹੁੰਚਾਉਣ ਦਾ ਸੀ, ਬਿਜਲੀ ਮਾਫੀ ਦਾ ਸੀਗਾ, ਸੋ ਇੱਕ ਵਿਸ਼ਵਾਸ ਜਿਹੜਾ ਆ ਉਹ ਪੰਜਾਬ ਦੇ ਲੋਕਾਂ ਦਾ ਜਿਹੜਾ ਆਮ ਆਦਮੀ ਪਾਰਟੀ 'ਤੇ ਬਣ ਚੁੱਕਿਆ। ਅਤੇ ਮੈਨੂੰ ਲੱਗਦਾ ਨਹੀਂ ਆ ਕਿ ਇਸ ਵੇਲੇ ਕੋਈ ਜਿਵੇਂ ਦੂਜੀਆਂ ਪਾਰਟੀਆਂ ਹੁੰਦੀਆਂ ਸੀ ਕਿ ਇਲੈਕਸ਼ਨ ਟਾਈਮ ਆ ਕੇ ਕੋਈ ਨਵਾਂ ਚੁਰਲੀ ਛੱਡ ਦਿਓ ਕਿ ਸ਼ਾਇਦ ਲੋਕ ਸਾਡੇ ਉਹਦੇ 'ਚ ਆ ਜਾਣਗੇ, ਸੋ ਆਮ ਆਦਮੀ ਪਾਰਟੀ ਉਸ ਤਰੀਕੇ ਨਾਲ ਨਹੀਂ ਕਦੇ ਵੀ ਆਪਣੇ ਆਪ ਨੂੰ ਪਰਫੋਰਮ ਕਰਦੀ। ਇੱਕ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਬਣ ਚੁੱਕਿਆ ਕਿ ਜੇ ਕੋਈ ਸਾਡੇ ਲਈ ਐਗਜ਼ਿਸਟੈਂਸ ਹੈਗੀ ਹੈ ਜਾਂ ਸਾਡਾ ਸਰਵਾਈਵਲ ਆ ਤਾਂ ਦੈਟ ਇਜ਼ ਓਨਲੀ ਵਿਦ ਆਮ ਆਦਮੀ ਪਾਰਟੀ। ਹੁਣ ਗੱਲ ਕਰਦੇ ਹਾਂ ਬਰਗਾੜੀ ਬੇਅਦਬੀ ਮਾਮਲੇ ਦੀ। ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਹਾਈਕੋਰਟ ਦੇ ਵੱਲੋਂ ਵੱਡੀ ਰਾਹਤ ਮਿਲੀ ਆ। ਹਾਈਕੋਰਟ ਨੇ ਰਾਮ ਰਹੀਮ ਦੇ ਵਿਰੁੱਧ ਹੇਠਲੀ ਅਦਾਲਤ ਦੇ ਵਿੱਚ ਚੱਲ ਰਹੇ ਕਾਰਵਾਈ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਰਾਮ ਰਹੀਮ ਦੇ ਵੱਲੋਂ ਆਪਣੇ ਇਸ ਪੂਰੇ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦੀ ਵੀ ਜਿਹੜੀ ਹੈ ਉਹ ਅਪੀਲ ਕੀਤੀ ਗਈ ਸੀ, ਬਕਾਇਦਾ ਪਟੀਸ਼ਨ ਦਾਇਰ ਕੀਤੀ ਗਈ, ਜਿਸ ਦੇ ਉੱਪਰ ਹੁਣ ਹਾਈਕੋਰਟ ਨੇ ਆਪਣਾ ਜਿਹੜਾ ਉਹ ਫੈਸਲਾ ਲੈਂਦਿਆਂ ਹੁਣ ਇਸ ਮਾਮਲੇ ਦੀ ਫਾਈਲ ਨੂੰ ਅੱਗੇ ਡਬਲ ਬੈਂਚ ਕੋਲ ਭੇਜ ਦਿੱਤਾ ਹੈ। ਉਦੋਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਿਹਤ ਦੇ ਵਿੱਚ ਹੁਣ ਲਗਾਤਾਰ ਸੁਧਾਰ ਹੋ ਰਿਹਾ। ਡਾਕਟਰਾਂ ਦੇ ਮੁਤਾਬਕ ਜਿਹੜੀ ਨਾੜੀ ਦੇ ਵਿੱਚ ਬਲੋਕੇਜ ਆਈ ਸੀ ਉਸ ਦੇ ਵਿੱਚ ਹੁਣ 2 ਸਟੈਂਟ ਪਾਸ ਕਰ ਦਿੱਤੇ ਗਏ ਨੇ, ਜਿਸ ਤੋਂ ਬਾਅਦ ਹੁਣ ਜਿਹੜੀ ਬਲੋਕੇਜ ਹੈ ਉਹ ਖੋਲ੍ਹ ਦਿੱਤੀ ਗਈ ਹੈ, ਜਿਸ ਤੋਂ ਬਾਅਦ ਹੁਣ ਮਨਪ੍ਰੀਤ ਬਾਦਲ ਦੀ ਜਿਹੜੀ ਸਿਹਤ ਹੈ ਉਸ ਦੇ ਵਿੱਚ ਸੁਧਾਰ ਆਉਣਾ ਹੌਲੀ ਹੌਲੀ ਜਾਰੀ ਹੋ ਚੁੱਕੀ ਹੈ, ਜਿਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਕਿਹਾ ਦਿੱਤਾ ਜਾ ਰਿਹਾ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਜਿਹੜਾ ਹੈ ਉਹ ਮਨਪ੍ਰੀਤ ਬਾਦਲ ਨੂੰ ਛੁੱਟੀ ਮਿਲ ਜਾਵੇਗੀ। ਮਨਪ੍ਰੀਤ ਵੀਰ ਜੀ ਨੂੰ ਸਵੇਰੇ ਥੋੜ੍ਹੀ ਜਿਹੀ ਘਬਰਾਹਟ ਕਹਿ ਰਹੇ ਸੀਗੇ, ਥੋੜ੍ਹਾ ਜਿਹਾ ਪੇਨ ਕਹਿ ਰਹੇ ਸੀ, ਕਹਿੰਦੇ ਮੇਰੇ ਥੋੜ੍ਹਾ ਜਿਹਾ ਪੇਨ ਜਾਂ ਜਕੜਨ ਹੈਗੀ ਹੈ, ਤਾਂ ਫਿਰ ਮੈਂ ਇੱਥੇ ਬੁਲਾ ਲਿਆ ਸੀਗਾ ਅਤੇ ਥੋੜ੍ਹਾ ਜਿਹਾ ECG 'ਚ ਪ੍ਰੋਬਲਮ ਆਈ ਸੀ ਅਤੇ ਅਸੀਂ ਐਂਜੀਓਗ੍ਰਾਫੀ ਕੀਤੀ, ਥੋੜ੍ਹੀ ਬਲੋਕੇਜ ਸੀ, ਖੋਲ੍ਹ ਦਿੱਤੀ ਹੈਗੀ ਹੈ, ਹੁਣ ਬਿਲਕੁਲ ਠੀਕ ਹੈ। ਹਾਂਜੀ, ਸਟੈਂਡ ਉਹਨਾਂ ਦੇ 2 ਪਾਣੇ, ਹਾਂਜੀ 2 ਪਾਣੇ, ਮੇਨ ਨਾੜੀ ਬਲੋਕੇਜ, ਹਾਂਜੀ ਬਲੋਕੇਜ ਸੀਗਾ। ਹਾਂਜੀ, ਕਿੰਨੇ ਕੁ ਵਜੇ ਤੁਹਾਡੇ ਨਾਲ ਗੱਲ ਹੋਈ? ਮੇਰੇ ਨਾਲ ਸਵੇਰੇ 10 ਵਜੇ। ਨਾੜੀ ਚ ਥੋੜਾ ਜਿਹਾ ਕਲੋਟ ਜਿਹਾ ਸੀਗਾ, ਬਲੋਕੇਜ ਸੀਗੀ, ਅਸੀਂ ਖੋਲ ਦਿੱਤੀ ਹੈਗੀ ਹੈ, ਪਰਫੈਕਟਲੀ ਆਲ ਰਾਈਟ, ਇਜ਼ ਐਬਸੋਲੂਟਲੀ ਸਟੇਬਲ। ਡਿਸਚਾਰਜ ਛੇਤੀ ਕਰ ਦਾਂਗੇ ਜੀ, ਇਹਨਾਂ ਨੂੰ 1-2 ਦਿਨਾਂ ਚ ਹੀ ਕਰ ਦਾਂਗੇ। ਜਿਹਨੂੰ ਪ੍ਰੋਬਲਮ ਆਉਣੀ ਆ ਜਾਂਦੀ ਹੈ
ਘਰੇ ਬੈਠੇ ਚੰਗੇ ਬੰਦੇ ਨੂੰ, ਫਿੱਟ ਬੰਦੇ ਨੂੰ, ਅਥਲੀਟ ਨੂੰ ਅਸੀਂ ਤਾਂ ਦੇਖਦੇ, ਜਿਹੜੇ ਬੰਦੇ 10-10 ਕਿਲੋਮੀਟਰ ਰਨਿੰਗ ਕਰਦੇ ਆ, ਫੌਜੀਆਂ ਨੂੰ ਪ੍ਰੋਬਲਮ ਆ ਜਾਂਦੀ ਹੈ। ਸੋ ਦੇਰ ਆਰ ਮਲਟੀਪਲ ਰੀਜ਼ਨਸ, ਉਹਨਾਂ ਦੀ ਡਿਟੇਲ 'ਚ ਜਾਵਾਂਗੇ ਤਾਂ ਬਹੁਤ ਟਾਈਮ ਲੱਗ ਜੂਗਾ, ਬਟ ਆ ਜਾਂਦੀ ਹੈ। ਹਾਂਜੀ, 100% ਹਾਂ, ਮਾਈਨਰ ਹਾਰਟ ਅਟੈਕ। ਹਾਂਜੀ, ਪਰਿਵਾਰ ਦੇ ਲੋਕ ਮਿਲ ਰਹੇ? ਅਭੀ ਮੈਂ ਅਰੈਸਟ ਕਰ ਰਿਹਾ ਕਿਉਂਕਿ ਉਹ ਬਿਲਕੁਲ ਰਾਤ ਵੀ ਉਹਨਾਂ ਨੂੰ ਅਨਕੰਫਰਟੇਬਲ ਸੀ ਕਿਤੇ ਨੀਂਦ, ਤੇ ਰੈਸਟ ਕਰ ਰਹੇ ਹੈਗੇ। ਸਰ, ਜਿਹੜਾ ਦੱਸਿਆ ਗਿਆ ਸੀਗਾ ਕਿ ਵੀ ਰਾਤ ਵੀ ਉਹਨਾਂ ਦੇ ਪੇਨ ਹੋਇਆ ਸੀਗਾ, ਹਾਂਜੀ, ਤਾਂ ਉਹਨਾਂ ਨੇ ਇਗਨੋਰ ਕਰ ਦਿੱਤਾ ਤੇ ਸਵੇਰ ਹੋ ਜਦੋਂ ਹਾਂ ਉਹਨਾਂ ਨੂੰ ਥੋੜੀ ਜਲਨ ਹੋਈ ਸੀ ਤਾਂ ਉਹਨਾਂ ਨੇ ਸੋਚਿਆ ਵੀ ਸ਼ਾਇਦ ਥੋੜੀ ਜਿਹੀ ਐਸਿਡਿਟੀ ਕਰਕੇ ਵੀ ਹੋ ਜਾਂਦਾ ਕਈ ਵਾਰ, ਆਪਾਂ ਕਾਮਨਲੀ ਨੋਰਮਲੀ ਐਸਿਡਿਟੀ ਸਮਝ ਲੈਂਦੇ, ਮਾਈਨਰ ਜਿਹਾ ਰਾਤ ਪੇਨ ਹੋਇਆ ਸੀ ਫਿਰ ਉਹ ਠੀਕ ਹੋ ਗਿਆ। ਮੈਂ ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।